ਵੱਜੇ ਨੇ ਸਵੇਰ ਦੇ 7 ਅਤੇ ਵਾਈਫ ਚੱਲੇ ਆਫਿਸ। ਛੋਟੇ ਹੁੰਦੇ ਕੀ ਹੁੰਦਾ ਸੀ, ਜਦੋਂ ਸਵੇਰੇ ਉੱਠਦੇ ਨਹੀਂ ਸੀ, ਘਰ ਦੇ ਰਜਾਈ ਖਿੱਚਣੀ ਸ਼ੁਰੂ ਕਰ ਦੇਣੀ, ਫਿਰ ਠੰਡ ਜੀ ਲੱਗਦੀ ਸੀ, ਫਿਰ ਬੰਦਾ ਉੱਠ ਜਾਂਦਾ ਸੀ। ਅਤੇ ਗਰਮੀਆਂ 'ਚ ਉਹੀ ਪੱਖੇ ਬੰਦ ਕਰ ਦੇਣੇ ਆ, ਕੂਲਰ ਬੰਦ ਕਰ ਦੇਣੇ ਆ, ਫਿਰ ਬੰਦਾ ਨੀਂਦ ਖੁੱਲ੍ਹ ਜਾਂਦੀ। ਬਟ ਇੱਥੇ ਕੀ ਹੈ, ਇੱਥੇ ਹੁਣ ਇਹ ਹਿਸਾਬ ਹੈ ਕਿ ਮਜਬੂਰੀਆਂ ਲਾ ਲਓ ਜਾਂ ਬੰਦਾ ਜਦੋਂ ਥੋੜ੍ਹਾ ਜਿਹਾ ਮੈਚਿਓਰ ਹੋ ਜਾਂਦਾ, ਉਹਨੂੰ ਆਪਣੀ ਸੋਝੀ ਆ ਜਾਂਦੀ ਹੈ, ਸਾਰਾ ਕੁਝ ਉਦੋਂ ਸਾਰਾ ਕੁਝ ਪਤਾ ਲੱਗ ਜਾਂਦਾ। ਹੁਣ ਕੋਈ ਕਹਿੰਦਾ ਵੀ ਨਹੀਂ ਹੈਗਾ ਵੀ ਉੱਠ ਜਾ ਜਾਂ ਨਹੀਂ ਹੈ, ਬਟ ਹੁਣ ਸਾਰਾ ਕੁਝ ਖੁਦ ਆਪ ਉੱਠਣਾ ਪੈਂਦਾ ਹੈ, ਆਪਣੇ ਆਪ ਹੀ ਰਜਾਈ ਸਾਈਡ 'ਤੇ ਕਰਨੀ ਪੈਂਦੀ ਹੈ, ਭਾਵੇਂ ਠੰਡ ਲੱਗੇ ਨਹਾਉਣਾ ਪੈਂਦਾ ਹੈ, ਸਾਰਾ ਕੁਝ ਜਾ ਕੇ ਫਿਰ ਆਫਿਸ ਜਾਓ, ਕੰਮ ਕਰਾਂ 'ਤੇ ਜਾਓ, ਸਾਰਾ ਕੁਝ। ਬਾਤ ਕੁਛ ਐਸੇ ਹੈ ਕਿ ਨਾ ਤੋਂ ਤਾਂ ਆਪਾਂ ਲਏ ਸੀ, ਪਹਿਲਾਂ ਸੱਚ ਸਾਨੂੰ ਦੱਸਿਓ ਬਈ ਕਿ ਕਿਹੜਾ ਛੋਟੇ ਹੁੰਦੇ ਹਫ਼ਤਾ ਹਫ਼ਤਾ ਦੋ ਦੋ ਹਫ਼ਤੇ ਲੰਘਾ ਦਿੰਦਾ ਸੀ। ਮੈਂ ਤਾਂ ਹੈਗਾ ਸੀ ਉਹਨਾਂ 'ਚੋਂ, ਇੱਕ ਹਫ਼ਤਾ ਤਾਂ ਨਿਕਲ ਹੀ ਜਾਂਦਾ ਸੀ ਆਰਾਮ ਨਾਲ। ਬਾਥਰੂਮ 'ਚ ਜਾਣਾ, ਬਾਥਰੂਮ ਜਾ ਕੇ ਹੱਥ ਮੂੰਹ ਧੋਣੇ ਠੰਡ ਦੇ ਵਿੱਚ, ਅਤੇ ਉਸ ਤੋਂ ਬਾਅਦ ਬਸ ਜਿਹੜਾ ਪਾਣੀ ਦਾ ਉਹ ਹੈ ਮੱਗ ਹੈ ਉਹਨੂੰ ਆਪਾਂ ਨੇ ਬਸ ਦੁਬਾਰਾ ਨਾਲ ਮਾਰੀ ਜਾਣਾ। ਅਤੇ ਪਤਾ ਘਰਦੇ ਸੋਚਦੇ ਸੀ ਵੀ ਉਹ ਸਾਡਾ ਪੁੱਤ ਨਹਾ ਰਿਹਾ, ਬੱਲੇ ਬੱਲੇ ਹੋ ਗਈ, ਬਟ ਹੁਣ ਨਹੀਂ ਹੁੰਦਾ, ਹੁਣ ਨਹਾਈ ਦਾ ਐਕਚੁਅਲ ਨਹਾਈ ਦਾ। ਬਾਕੀ ਗੱਲ ਹੈ ਬ੍ਰੇਕਫਾਸਟ ਦੀ, ਗੱਲ ਸਵੇਰੇ ਸਵੇਰੇ ਬ੍ਰੇਕਫਾਸਟ, ਅੱਜ ਉਹ ਦਿਨ ਹੈ ਜਿਨ੍ਹਾਂ ਦੇ ਵਿੱਚੋਂ ਮੈਂ ਅੱਜ ਬ੍ਰੇਕਫਾਸਟ ਸਵੇਰੇ ਘਰੋਂ ਨਹੀਂ ਕਰਕੇ ਜਾਣੀ, ਅਤੇ ਮੈਂ ਲੰਚ ਵੀ ਨਹੀਂ ਲੈ ਕੇ ਚੱਲਿਆ। ਨਹੀਂ ਤਾਂ ਐਕਚੁਅਲ ਦੇ ਵਿੱਚ ਸਵੇਰੇ ਬ੍ਰੇਕਫਾਸਟ ਵੀ ਕਰੀ ਦੀ ਹੈ, ਅਤੇ ਮੈਂ ਬਾਹਲਾ ਸੀਰੀਅਲ ਸੂਰੀਅਲ ਦਾ ਕੋਈ ਹੈ ਨਹੀਂ, ਮੈਨੂੰ ਸੀਰੀਅਲ ਸੂਰੀਅਲ ਮੈਨੂੰ ਪਚਦੇ ਨਹੀਂ ਹੈਗੇ, ਪਚਦੇ ਦੱਸਿਆ ਕਿ ਮੈਨੂੰ ਵਧੀਆ ਨਹੀਂ ਲੱਗਦੇ ਸੀਰੀਅਲ ਜੇ ਦੁੱਧ ਜੀ ਨਾਲ। ਮੈਨੂੰ ਹੈਲਥ ਮਤਲਬ ਸੋਲਿਡ ਡਾਇਟ ਚਾਹੀਦੀ ਹੈ ਸਵੇਰੇ, ਉਦੋਂ ਤੱਕ ਢਿੱਡ ਨਹੀਂ ਭਰਦਾ। ਸੋ ਆਪਾਂ ਬ੍ਰੈਡ ਓਮਲੇਟ ਬਣਾ ਲਈਦਾ ਅਤੇ ਬੋਇਲਡ ਐੱਗ ਖਾ ਲਈਦੇ ਹੈ। ਮੈਨੂੰ ਬੈਗ ਦੀ ਬਹੁਤ ਆਦਤ ਹੈ, ਮਤਲਬ ਆਪਣੇ ਨਾਲ ਬੈਗ ਰੱਖਣਾ। ਸੋ ਮੈਂ ਬੈਗ ਜ਼ਰੂਰ ਰੱਖਦਾ, ਭਾਵੇਂ ਇਹਦੇ 'ਚ ਹੁੰਦਾ ਬੜਾ ਕੁਛ ਨਹੀਂ ਹੈਗਾ। ਮੇਰਾ ਆਫਿਸ ਦਾ ਕਾਰਡ ਹੁੰਦਾ ਜਿਹੜੇ ਮਤਲਬ ਜਿਹਦੇ ਨਾਲ ਤੁਸੀਂ ਅੰਦਰ ਵੜਨਾ। ਬਾਕੀ ਹੋ ਗਿਆ ਅੰਬਰੇਲਾ, ਇਹ ਜ਼ਰੂਰ UK 'ਚ ਦਾ ਮਸਟ ਹੈ ਇਹ, ਕਿਉਂਕਿ ਕੁਛ ਨਹੀਂ ਪਤਾ ਲੱਗਦਾ ਕਦੋਂ ਵੀ ਇੱਥੇ ਮੀਂਹ ਪੈ ਸਕਦਾ। ਜਿਹੜਾ ਮੇਰਾ ਘਰ ਹੈ ਉਹ ਹੈਗਾ ਸਟੇਸ਼ਨ ਤੋਂ ਸਿਰਫ 5 ਮਿੰਟ ਦਾ, ਸਿਰਫ 5 ਜਾਂ 7 ਮਿੰਟਸ ਦੀ ਵਾਕ ਹੈ, ਉੱਥੇ ਸਟੇਸ਼ਨ ਆ ਜਾਂਦਾ। ਤਾਂ ਜਿਹੜੀਆਂ ਇੱਥੇ ਟ੍ਰੇਨਸ ਨੇ ਉਹਦੇ ਵਿੱਚ ਸਾਰਾ ਕੁਝ ਚੱਲ ਜਾਂਦਾ, ਜਿਵੇਂ ਡੈਬਿਟ ਕਾਰਡ ਵੀ ਚੱਲ ਜਾਂਦਾ, ਕ੍ਰੈਡਿਟ ਕਾਰਡ ਵੀ ਚੱਲ ਜਾਂਦਾ, ਅਤੇ ਓਇਸਟਰ ਕਾਰਡ ਵੀ ਚੱਲ ਜਾਂਦਾ। ਸੋ ਮੈਂ ਡੈਬਿਟ ਕਾਰਡ ਯੂਜ਼ ਕਰਦਾ, ਕਦੇ ਕਦੇ ਕ੍ਰੈਡਿਟ ਕਾਰਡ ਯੂਜ਼ ਕਰ ਲਈ, ਡਿਪੈਂਡ ਕਰਦਾ। ਸਟੇਸ਼ਨ 'ਤੇ ਇੱਥੋਂ ਫੜਾਂਗੇ ਓਵਰਗਰਾਊਂਡ, ਮੈਂ ਪਹਿਲਾਂ ਓਵਰਗਰਾਊਂਡ ਫੜਦਾ, ਉਸ ਤੋਂ ਬਾਅਦ ਜਾਂਦਾ ਮੈਂ, ਉਸ ਤੋਂ ਬਾਅਦ ਟਿਊਬ ਫੜਦਾ, ਟਿਊਬ ਜਿਹਨੂੰ ਕਹਿੰਦੇ ਹਾਂ ਆਪਾਂ ਅੰਡਰਗਰਾਊਂਡ। ਸੋ ਮੇਰਾ ਜਿਹੜਾ ਸਟੇਸ਼ਨ ਹੈ, ਵਰਕ ਸਟੇਸ਼ਨ ਹੈ, ਉਹ ਹੈਗਾ ਬੈਂਕ ਸਟੇਸ਼ਨ। ਸੋ ਇੰਨਾ ਤੁਹਾਨੂੰ ਦੱਸ ਦਿੰਦਾ, ਬੈਂਕ ਸਟੇਸ਼ਨ ਮੈਨੂੰ ਲੱਗਦੇ ਆ 30-35 ਮਿੰਟਸ ਓਵਰਗਰਾਊਂਡ, 30 ਮਿੰਟਸ ਲੱਗਦੇ ਆ ਓਵਰਗਰਾਊਂਡ ਜਾਣ ਲਈ। ਅਤੇ ਉਹਦੇ 'ਚ ਮੈਂ ਕੀ ਕਰਦਾ, ਨੈੱਟਫਲਿਕਸ ਹੋ ਗਿਆ, ਐਮਾਜ਼ੋਨ ਹੋ ਗਿਆ, ਇਹਨਾਂ 'ਤੇ ਮੈਂ ਵੀਡੀਓ ਡਾਊਨਲੋਡ ਕਰ ਲੈਂਦਾ, ਕੋਈ ਮੂਵੀ ਹੋ ਗਈ, ਕੋਈ ਬਾਇਓਗ੍ਰਾਫੀ ਹੋ ਗਈ, ਡਾਕੂਮੈਂਟਰੀ, ਉਹ ਆਪਾਂ ਫਿਰ ਦੇਖ ਕੇ ਅੱਧਾ ਘੰਟਾ ਇੰਜੋਏ ਕਰਦੇ ਜਾਈਦਾ। ਆ ਗਈ ਆਪਣੀ ਟ੍ਰੇਨ, ਇਹ ਨਵੀਆਂ ਟ੍ਰੇਨਾਂ ਆਏ ਹੁਣ, ਲਾਸਟ ਈਅਰ ਸ਼ੁਰੂ ਹੋਈਆਂ ਹੈ। ਸੋ ਮੈਂ ਇਹ ਟ੍ਰੇਨ ਤੋਂ ਆਇਆ ਅਤੇ ਮੈਂ ਹੁਣ ਇੱਧਰ ਜਾਣਾ, ਇਹ ਹੈਗੀ ਹੈ ਓਵਰਗਰਾਊਂਡ ਅਤੇ ਇੱਧਰ ਹੈਗੀ ਹੈ ਅੰਡਰਗਰਾਊਂਡ।
ਇਹ ਹੁੰਦਾ ਹਾਲ ਸਵੇਰੇ 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 ਦਾ ਹਾਲ ਹੈ ਇਹ ਆਫਿਸ ਜਾਣ ਦਾ। ਸੋ ਇੱਕ ਹਫ਼ਤੇ ਦੇ ਵਿੱਚ ਇੱਕ ਦਿਨ ਐਵੇਂ ਦਾ ਜ਼ਰੂਰ ਹੁੰਦਾ ਜਿੱਥੇ ਬਹੁਤ ਫੁੱਲੀ ਪੈਕਡ ਸਾਰੀਆਂ ਟ੍ਰੇਨ ਫੁੱਲੀ ਪੈਕਡ ਹੁੰਦੀਆਂ। ਸੋ ਅੱਜ ਉਹ ਦਿਨ ਸੀ ਸਰ, ਕਿਊ ਦੇ ਵਿੱਚ ਖੜ ਕੇ ਟ੍ਰੇਨ ਮਿਲਦੀ ਹੈ, ਮੈਨੂੰ ਥਰਡ ਟ੍ਰੇਨ ਮਿਲੀ ਹੈ ਜਾ ਕੇ। ਭੀੜ ਬਹੁਤ ਸੀ, ਵੀਡੀਓ ਨਹੀਂ ਬਣਾ ਸਕਿਆ, ਭੀੜ ਬਹੁਤ ਸੀ। ਬਟ ਮੈਂ ਹੁਣ ਜਾ ਰਿਹਾ ਆਫਿਸ ਵੱਲ, ਸਟੇਸ਼ਨ ਤੋਂ ਮੇਰਾ ਆਫਿਸ ਸਾਹਮਣੇ ਬਿਲਡਿੰਗ ਦਿਖ ਰਹੀ ਹੈ, ਉਹ ਵਾਲੀ ਆਫਿਸ ਹੈ। ਮੈਂ ਸਟੇਸ਼ਨ ਤੋਂ ਬਾਹਰ ਨਿਕਲਿਆ, ਨਾਲ ਦੀ ਨਾਲ ਬਿਲਡਿੰਗ ਆ ਜਾਂਦੀ ਹੈ। ਸੋ ਆ ਗਿਆ ਆਪਣਾ ਆਫਿਸ ਲੈਫਟ ਸਾਈਡ 'ਤੇ, ਪਿੱਛੇ ਆਪਣਾ ਆਫਿਸ ਹੈ। ਇੱਥੇ ਟਰਾਂਸਪੋਰਟੇਸ਼ਨ ਵਧੀਆ ਹੈ ਕਿਉਂਕਿ ਜਦੋਂ ਜਿਹੜੀ ਪੀ ਕਾਰਜ ਹੈ ਉਹ ਹੈਗੀਆਂ 7 to 9 ਅਤੇ ਸ਼ਾਮ ਦਾ ਭੀੜ ਇੰਨੀ ਜ਼ਿਆਦਾ ਹੁੰਦੀ ਹੈ ਤਾਂ ਇਹਦੇ ਨਾਲ ਜਿਹੜੀਆਂ ਟ੍ਰੇਨਾਂ ਹੈ ਉਹ ਵੀ ਇੱਕ ਇੱਕ ਦੋ ਦੋ ਮਿੰਟ ਬਾਅਦ, ਅੱਧੇ ਮਿੰਟ ਬਾਅਦ ਟ੍ਰੇਨਾਂ ਆਉਂਦੀਆਂ। ਸੋ ਵਧੀਆ ਮੈਨੂੰ ਥਰਡ ਟ੍ਰੇਨ ਮਿਲੀ ਹੈ ਇੱਥੇ, ਬਟ ਮਿਲ ਗਈ। ਚਲੋ ਹੁਣ ਆਪਾਂ ਜਾਂਦੇ ਹਾਂ ਅੰਦਰ ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਮਿਲਦਾ ਲੰਚ ਟਾਈਮ 'ਚ। ਲਓ ਜੀ, ਆਪਾਂ 2 ਫਰਾਈਡ ਐਗਸ, 2 ਵੈਜੀ ਸੋਸਿਸ ਅਤੇ 2 ਬ੍ਰੈਡ, ਇਹ ਆਪਣਾ ਬ੍ਰੇਕਫਾਸਟ ਹੈ। ਲਓ ਜੀ, ਆਪਣਾ ਹੋ ਗਿਆ ਲੰਚ ਟਾਈਮ, ਥੋੜ੍ਹਾ ਲੇਟ ਹੋ ਗਿਆ ਬਟ ਲੰਚ ਟਾਈਮ ਆਪਣਾ ਹੋ ਗਿਆ। ਅਤੇ ਆਪਾਂ ਆ ਗਏ ਹਾਂ ਫਿਰ ਆਪਣੇ ਹੋਟਸਪੋਟ 'ਤੇ, ਜਿਹਨੂੰ ਆਪਾਂ ਕਹਿੰਦੇ ਹਾਂ ਥੇਮਜ਼ ਰਿਵਰ। ਪਿੱਛੇ ਆਪਣੇ ਥੇਮਜ਼ ਰਿਵਰ ਹੈ। ਬਾਕੀ ਰੂਟੀਨ ਤਾਂ ਤੁਸੀਂ ਹੁਣ ਤੱਕ ਦੇਖ ਲੈਣਾ, ਲੰਚ ਟਾਈਮ ਤੱਕ ਕੀ ਰੂਟੀਨ ਹੈ। ਬਟ ਜਿਹੜਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਟਰਾਂਸਪੋਰਟੇਸ਼ਨ ਬਾਰੇ ਦੱਸਦਾ ਕਿ ਟਰਾਂਸਪੋਰਟੇਸ਼ਨ ਦਾ ਕੀ ਹਿਸਾਬ ਕਿਤਾਬ ਹੈ। ਇੱਥੇ ਜ਼ੋਨ ਦੇ ਵਿੱਚ ਲੰਡਨ ਜਿਹੜਾ ਹੈ ਉਹ ਜ਼ੋਨ ਦੇ ਵਿੱਚ ਵੰਡਿਆ ਗਿਆ, 1st ਜ਼ੋਨ ਤੋਂ ਲੈ ਕੇ 9 ਜ਼ੋਨ ਤੱਕ। ਬਟ ਜਿਹੜਾ 6 ਜ਼ੋਨ ਤੱਕ ਹੈ, ਜਿਵੇਂ ਹੁਣ ਜਿਹੜਾ ਸਾਡਾ ਘਰ ਹੈ ਉਹ ਹੈਗਾ ਜ਼ੋਨ 6, ਜਿੰਨਾ ਤੁਸੀਂ ਲੰਡਨ ਸੈਂਟਰ, ਜਿਹੜਾ ਸੈਂਟਰ ਲੰਡਨ ਹੈ ਜਿੱਥੇ ਮੈਂ ਖੜ੍ਹਾ, ਇਹ ਜ਼ੋਨ 1 ਹੈ। ਅਗਰ ਇੱਥੇ ਕੋਈ ਰਹਿੰਦਾ ਹੈ ਉਹਦੀ ਟਰਾਂਸਪੋਰਟੇਸ਼ਨ ਬੜਾ ਘੱਟ ਖਰਚਾ ਹੁੰਦਾ, ਅਤੇ ਅਗਰ ਜਿਵੇਂ ਹੁਣ ਮੈਂ ਜ਼ੋਨ 6 'ਚ ਜਾਂਦਾ ਅਤੇ ਮੈਨੂੰ ਉੱਥੋਂ ਆਉਣਾ ਪੈਂਦਾ ਹੈ, ਤਾਂ ਮੇਰਾ ਜਿਹੜਾ ਐਵਰੀ ਡੇ ਦਾ ਖਰਚਾ ਹੈ ਉਹ ਹੈਗਾ ਹੈ ਟ੍ਰੇਨ ਦਾ। ਭਾਵੇਂ ਮੈਂ 1-2 ਟ੍ਰੇਨ ਜਿੰਨੀਆਂ ਵਾਰ ਜੀਆਂ ਟ੍ਰੇਨ ਚੇਂਜ ਕਰਾਂ, ਪਰ ਜਿਹੜਾ ਮੇਰਾ ਕੈਪ ਹੈ, ਮੀਨਸ ਹਾਈਐਸਟ ਕੈਪ ਹੈ ਜਿਹੜੀ ਆਪਣੀ ਪੈਸਿਆਂ ਦੀ ਜਿਹੜੇ ਮੇਰੇ ਕੱਟੇ ਜਾਂਦੇ ਆ, ਉਹ ਹੈਗੀ ਹੈ 10 pound 20p, ਮੀਨਸ 10 pound 20p ਮੇਰਾ ਐਵਰੀ ਡੇ ਦਾ ਖਰਚਾ ਹੈ ਅਗਰ ਮੈਂ ਸੈਂਟਰ ਲੰਡਨ ਆਉਂਦਾ ਜੋਬ ਲਈ, ਅਪ ਡਾਊਨ ਦੋਨੇ ਤਰਫ ਤੋਂ। ਸੋ ਅਗਰ ਤੁਸੀਂ ਜ਼ੋਨ ਸੈਂਟਰ ਲੰਡਨ ਦੇ ਵਿੱਚ ਰਹਿੰਦੇ ਹੋ, ਤੁਹਾਡਾ ਟਰਾਂਸਪੋਰਟ ਦਾ ਖਰਚਾ ਤਾਂ ਤੁਸੀਂ ਪੈਦਲ ਹੀ ਤੁਰ ਕੇ ਜਾ ਸਕਦੇ ਹੋ, ਜਾਂ ਬਹੁਤ ਘੱਟ ਖਰਚਾ ਹੈ ਟ੍ਰੇਨਾਂ ਦਾ ਜਾਂ ਬੱਸਾਂ ਦਾ। ਅਗਰ ਤੁਸੀਂ ਦੂਰ ਦੂਰ ਜਿੰਨਾ ਜ਼ੋਨ ਦੇ ਵਿੱਚ ਜਾਂਦੇ ਰਹੋਗੇ, ਮੈਂ ਪਹਿਲਾਂ ਜ਼ੋਨ 4 ਦੇ ਵਿੱਚ ਰਹਿੰਦਾ ਸੀ, ਉਦੋਂ ਮੇਰਾ 8 pound ਲੱਗਦਾ ਸੀ, ਬਟ ਫਿਰ ਅਸੀਂ ਘਰ ਲੈ ਲਿਆ, ਫਿਰ ਅਸੀਂ ਸ਼ਿਫਟ ਹੋ ਗਏ ਜ਼ੋਨ 6 ਦੇ ਵਿੱਚ। ਹੁਣ ਉੱਥੇ ਜਿਹੜਾ ਖਰਚਾ ਹੈ ਉਹ ਹੈਗਾ 10 pound 20p। ਸੋ ਜ਼ੋਨ ਮਤਲਬ ਜਿਵੇਂ ਜਿਵੇਂ ਉਵੇਂ ਹੀ ਰੈਂਟ ਦਾ ਹਿਸਾਬ ਹੈ। ਸੈਂਟਰ ਲੰਡਨ 'ਚ ਕੋਸਟ ਜ਼ਿਆਦਾ ਹੈ ਰੈਂਟ ਦੀ, ਅਤੇ ਜਿਵੇਂ ਜਿਵੇਂ ਤੁਸੀਂ ਦੂਰ ਹੁੰਦੇ ਰਹੋਗੇ ਸੈਂਟਰ ਲੰਡਨ ਤੋਂ, ਉਵੇਂ ਉਵੇਂ ਰੈਂਟ ਦੀ ਜਿਹੜੀ ਕੋਸਟ ਹੈ ਉਹ ਵੀ ਘੱਟਦਾ ਰਹੇਗਾ, ਮੀਨਸ ਰੈਂਟ ਥੋੜ੍ਹਾ ਘੱਟਦਾ ਰਹੇਗਾ। ਬਾਕੀ ਸੈਂਟਰ ਲੰਡਨ 'ਚ ਘਰ ਹੈ ਜਿਹੜੇ ਬਹੁਤ ਐਕਸਪੈਂਸਿਵ, ਬਹੁਤ ਜ਼ਿਆਦਾ ਐਕਸਪੈਂਸਿਵ ਹੈ। ਸੋ ਬੰਦਾ ਬਸ ਜਿਹੜਾ ਜਿਹਦੇ ਕੋਲ ਪੈਸਾ ਜ਼ਿਆਦਾ ਹੈ, ਬਹੁਤ ਜ਼ਿਆਦਾ, ਉਹੀ ਲੈ ਸਕਦਾ, ਨਹੀਂ ਤਾਂ ਇੱਥੇ ਅਫੋਰਡੇਬਿਲਿਟੀ ਹੈ ਹੀ ਨਹੀਂ ਹੈ ਘਰ ਲੈਣ ਦੀ। ਮਿਲੀਅਨਸ 'ਚ ਹੈ, ਮਿਲੀਅਨਸ ਤੋਂ ਘੱਟ ਤਾਂ ਹੈ ਹੀ ਨਹੀਂ ਸੈਂਟਰ ਲੰਡਨ ਦੇ ਵਿੱਚ। ਫਲੈਟਸ ਹੈ, ਘਰ ਤਾਂ ਵੈਸੇ ਹੈ ਹੀ ਨਹੀਂ, ਫਲੈਟਸ ਹੀ ਹੈ ਸੈਂਟਰ ਲੰਡਨ ਦੇ ਵਿੱਚ ਜ਼ਿਆਦਾਤਰ, ਅਪਾਰਟਮੈਂਟਸ ਫਲੈਟਸ ਹੈ ਹੀ ਹੈ। ਅਤੇ ਬਾਕੀ ਜਿਹੜਾ ਬਾਕੀ ਇਹੀ ਗੱਲ ਹੈ ਕਿ ਟਰਾਂਸਪੋਰਟੇਸ਼ਨ ਠੀਕ ਹੈ, ਬਿਲਕੁਲ ਵਧੀਆ ਟਰਾਂਸਪੋਰਟੇਸ਼ਨ ਹੈ। ਪੀ ਕਾਰ ਦੇ ਵਿੱਚ ਅਗਰ ਤੁਸੀਂ ਟਰਾਂਸਪੋਰਟੇਸ਼ਨ ਜਾ ਰਹੇ ਹੋ, ਮੀਨਸ ਪੀ ਕਾਰ ਹੈਗੇ ਆ ਇੱਥੇ 7 to 9 AM ਅਤੇ ਬਾਕੀ ਲਾ ਲਓ 5 to 7 ਜਾਂ 4 to 7 PM। ਸੋ ਇਹਦੇ ਵਿੱਚ ਕੀ ਹੈ ਕਿ ਇੱਕ ਤਾਂ ਰੇਟ ਜ਼ਿਆਦਾ ਹੁੰਦਾ ਅਗਰ ਤੁਸੀਂ ਟਰੈਵਲ ਕਰਦੇ ਹੋ, ਟ੍ਰੇਨਾਂ ਦਾ ਰੇਟ ਜ਼ਿਆਦਾ ਹੁੰਦਾ, ਅਤੇ ਬਾਕੀ ਕੀ ਕਹਿੰਦੇ ਆ, ਭੀੜ ਵੀ ਬਹੁਤ ਜ਼ਿਆਦਾ ਹੁੰਦੀ ਹੈ। ਤੁਹਾਨੂੰ ਦਿਖਾਉਂਦਾ ਮੈਂ, ਸਾਹਮਣੇ ਟਾਵਰ ਬ੍ਰਿਜ ਹੈ। ਸੋ ਬਸ ਇਹੀ ਹੈ, ਅੱਜ ਥੋੜ੍ਹਾ ਜਿਹਾ ਬਿਜ਼ੀ ਡੇ ਹੈ, ਮੇਰੇ ਥੋੜ੍ਹਾ ਜਿਹਾ ਡੈਮੋ ਵੀ ਹੈ, ਇਸ ਤੋਂ ਬਾਅਦ ਡੈਮੋ ਦੇਣਾ ਹੈ। ਟਾਈਮ ਹੋ ਗਿਆ 1:13, 1:30 ਵਜੇ ਡੈਮੋ ਹੈ, ਬਟ 5 ਮਿੰਟ ਦੀ ਵੋਕ ਹੈ, ਉੱਥੇ ਜਾਵਾਂਗੇ ਬਸ ਆਫਿਸ।
ਆਹ ਵਾਲਾ ਬਿਰਜੋਈ ਆ ਜਿੱਥੇ ਪਿੱਛੇ ਜੇ ਟੈਰਿਸਟ ਅਟੈਕ ਹੋਇਆ ਸੀ, ਅਤੇ ਆਹ ਸਾਹਮਣੇ ਇੱਥੇ ਇੱਥੇ ਗੋਲੀ ਮਾਰੀ ਸੀ ਉਹਨੂੰ ਬੰਦੇ ਨੂੰ। ਸੋ ਉਹ ਚੱਲਦੇ ਹਾਂ ਆਫਿਸ, ਲੇਟ ਹੋ ਗਿਆ ਮੈਂ, ਮੇਰਾ ਡੈਮੋ ਸੀ। ਲਓ ਜੀ ਵੱਜੇ ਨੇ 4:30, ਕਿਉਂਕਿ ਮੈਂ ਅੱਧੇ ਘੰਟੇ ਦਾ ਲੰਚ ਲਿਆ ਸੀ, 1 ਘੰਟੇ ਦਾ ਹੁੰਦਾ, ਤਾਂ ਕਰਕੇ ਮੈਂ 4:30 ਵਜੇ ਨਿਕਲ ਰਿਹਾ। ਵੈਸੇ 9 to 5 ਜੋਬ ਹੈ, ਹੁਣ ਆਪਾਂ ਜਾ ਰਹੇ ਹਾਂ ਘਰ। ਇਹ ਹੈਗਾ ਬੈਂਕ ਸਟੇਸ਼ਨ, ਹੁਣ ਜਾ ਰਹੇ ਹਾਂ ਆਪਾਂ ਅੰਡਰਗਰਾਊਂਡ। ਆ ਗਈ ਆਪਣੀ ਟ੍ਰੇਨ, ਆ ਗਈ ਆਪਣੀ ਟ੍ਰੇਨ ਜੀ ਚ ਪਾ ਆਇਆ ਜੀ। ਆਪਾਂ ਉਤਰ ਗਏ ਠੀਕ ਠਾਕ, ਵੱਜੇ ਨੇ 5:20 ਹੋਣ ਵਾਲੇ ਹਾਂ। ਅਤੇ ਆਪਾਂ ਚੱਲੇ ਹਾਂ ਘਰ ਨੂੰ ਹੁਣ। ਵਧੀਆ ਟਾਈਮ ਬਿਜ਼ੀ ਰਿਹਾ, ਬਸ ਅੱਜ 2-3 ਚੀਜ਼ਾਂ ਨਹੀਂ ਕੀਤੀਆਂ, ਸਵੇਰੇ ਬ੍ਰੇਕਫਾਸਟ ਨਹੀਂ ਬਣਾਈ ਅਤੇ ਲੰਚ ਨਹੀਂ ਲੈ ਕੇ ਗਿਆ। ਬਾਕੀ ਮੇਨ ਜਿਹੜਾ ਇਹ ਰੂਟੀਨ ਸਾਰਾ ਇਹੀ ਹੈ, 9 to 5 ਜੋਬ ਹੈ ਬਟ ਫਲੈਕਸੀਬਲ ਹੈ। ਮੀਨਸ ਅਗਰ ਅੱਧਾ ਪੌਣਾ ਘੰਟਾ ਥੋੜ੍ਹਾ ਲੇਟ ਵੀ ਹੋ ਜਾਂਦਾ ਬੰਦਾ ਉਨਾ ਹੀ ਲਾ ਦਿੰਦਾ, ਲੰਚ ਟਾਈਮ 'ਚ ਥੋੜ੍ਹਾ ਬਹੁਤਾ ਕੱਢ ਲੈਂਦਾ। ਲਓ ਜੀ ਪਹੁੰਚ ਗਏ ਆਪਾਂ ਘਰ। ਬਾਕੀ ਐਂ ਵੀ ਜਿਹੜਾ IT ਸੈਕਟਰ ਹੈ ਉਹਦਾ ਵਰਕ ਕਲਚਰ ਮੈਨੂੰ ਬੜਾ ਪਸੰਦ ਹੈ। ਹਰੇਕ ਜਿਹੜੀ ਜੋਬ ਹੈ ਇੱਥੇ, UK ਹੋ ਗਈ, ਕੋਈ ਵੀ ਹੋ ਗਈ, ਉਹਦਾ ਆਪਣਾ ਵਰਕ ਕਲਚਰ ਹੁੰਦਾ, ਬਟ ਜਿਹੜਾ IT ਦਾ ਵਰਕ ਕਲਚਰ ਹੈ ਮੈਨੂੰ ਬੜਾ ਪਸੰਦ ਹੈ। ਸੋ ਮੈਨੂੰ ਵਧੀਆ ਇੰਜੋਏ ਕਰਦਾ ਮੈਂ ਆਪਣਾ ਕੰਮ। ਬਾਕੀ ਠੀਕ ਹੈ, ਸਭ ਵਧੀਆ ਰਿਹਾ। ਹੁਣ ਮੈਂ ਪਹੁੰਚ ਗਿਆ ਘਰ, ਹੁਣ ਮਿਲਦਾ ਮਾਇਰਾ ਨੂੰ, ਠੀਕ ਹੈ, ਅਤੇ ਥੋੜ੍ਹਾ ਜਿਹਾ ਖਾਂਦੇ ਹਾਂ ਪੀਂਦੇ ਹਾਂ, ਫਿਰ ਆਪਣਾ ਕੱਲ੍ਹ ਤੋਂ ਸੇਮ ਉਹੀ ਰੂਟੀਨ ਹੈ। ਹੈਲੋ, ਚਲੋ ਠੀਕ ਹੈ ਜੀ, ਐਂਟਰ ਹੋ ਗਏ ਆਪਾਂ ਘਰ, ਅਤੇ ਮਿਲਦਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਰੱਬ ਰਾਖਾ, ਸਤਿ ਸ਼੍ਰੀ ਅਕਾਲ ਅਤੇ ਫਤਿਹ। ਪਿੰਡ ਦੇ ਵਿੱਚ ਵੀਡੀਓ ਤਾਂ ਖਤਮ ਕਰਤੀ ਸੀ ਬਟ ਮੈਨੂੰ ਫਿਰ ਯਾਦ ਆ ਗਿਆ, ਇੱਕ ਤਾਂ ਮੈਂ ਆ ਗਿਆ ਸੀ ਵਾਲ ਕਟਾਉਣ, ਅੱਜ ਦਾ ਦਿਨ ਰੂਟੀਨ ਖਤਮ ਜਿਹੜੀ ਹੈ ਉਹ ਆਪਣੀ ਹੋਈ ਹੈ ਬਾਬਰ ਸ਼ੋਪ 'ਤੇ। ਅਤੇ ਬਟ ਐਂਡ ਦੇ ਵਿੱਚ ਇੱਕ ਹੋਰ ਗੱਲ ਕਹਿਣੀ ਹੈ, ਅਗਰ ਕਿਸੇ ਸਟੂਡੈਂਟ ਨੂੰ ਪੋਰਟਸਮਥ ਦੇ ਵਿੱਚ ਰੂਮ ਚਾਹੀਦਾ ਤਾਂ ਮੈਨੂੰ, ਮੈਂ ਪੋਸਟ ਵੀ ਕੀਤੀ ਸੀ ਵੈਸੇ, ਅਗਰ ਚਾਹੀਦਾ ਤਾਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰੋ। ਮੈਨੂੰ ਆਇਆ ਵੀ ਹੈ ਕਿਸੇ ਦਾ ਬਟ ਮੈਨੂੰ ਕੋਈ ਪੱਕਾ ਰਿਸਪੋਂਸ ਨਹੀਂ ਲੱਗ ਰਿਹਾ। ਅਗਰ ਕਿਸੇ ਨੂੰ ਚਾਹੀਦਾ ਤਾਂ ਮੈਨੂੰ ਦੱਸ ਦਿਓ ਪਲੀਜ਼। ਓਕੇ ਜੀ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਅਤੇ ਫਤਿਹ।